ਹਿੰਦੁਸਤਾਨ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਹਿੰਦੁਸਤਾਨ ਹੈ ਕੀ ਹੈ ਅਸੀਂ ਇਹਨੂੰ ਇੱਕ ਰਾਸ਼ਟਰ ਇੱਕ ਰਾਸ਼ਟਰ ਇੱਕ ਰਾਸ਼ਟਰ ਦਾ ਅਜਿਹਾ ਪ੍ਰਚਾਰ ਕਰਦੇ ਆਂ ਉਹਦੇ ਥੱਲੇ ਲੋਕਾਂ ਦੀ ਜਿਹੜੀ ਰਾਜਨੀਤਿਕ ਸੱਭਿਆਚਾਰਕ ਪਛਾਈ ਵਪਿੰਤਾ ਉਹਦਾ ਅਸੀਂ ਗਲਾ ਘੁੱਟ ਦਿੰਨੇ ਆਂ ਤੇ ਇਸ ਤਰ੍ਹਾਂ ਦੇ ਖਿੱਤੇ ਨੂੰ ਚਲਾਉਣ ਲਈ ਇਹ ਜ਼ਰੂਰੀ ਸੀਗਾ ਕਿ ਇਹਨੂੰ ਸਰਕੂਲਰ ਡੈਮੋਕਰੇਟ ਦੇ ਫੈਡਰਲ ਸੈਟਅਪ ਦੀ ਲੋੜ ਸੀ ਜਿਹੜੀਆਂ ਲੋਕਾਂ ਦੀਆਂ ਪਛਾਣਾਂ ਆ ਉਨਾ ਨੂੰ ਮਹਤਮ ਮੰਨਣਾ ਚਾਹੀਦਾ ਕਿ ਪੰਜਾਬ ਦੇ ਸਕੂਲਾਂ ਚ ਜਿਹੜਾ ਪੰਜਾਬੀ ਸੁਭਾ ਮਨਾਇਆ ਜਿਹਦੇ ਲਈ ਸਭ ਤੋਂ ਵੱਧ ਤੁਸੀਂ ਕਰਮਾਨੀਆਂ ਜਿੱਤਿਆਂ ਲੋਕ ਸ਼ਹੀਦ ਹੋ ਗਏ ਜਿੱਲਾਂ ਚ ਗਏ ਉਸ ਪੰਜਾਬ ਦੇ ਵਿੱਚ ਗੈਰ ਸਰਕਾਰੀ ਸਕੂਲਾਂ ਚ ਬੱਚਿਆਂ ਦੇ ਮੂੰਹ ਤੇ ਪੰਜਾਬੀ ਬੋਲਣ ਤੇ ਚਪੇੜਾ ਮਰਦੇ ਨੇ ਔਰ ਜਰਮਾਨੇ ਕੀਤੇ ਜਾਂਦੇ ਆ ਤੇ ਉਹ ਉਹਨਾਂ ਦੇ ਵਿੱਚ ਆਪਣੀ ਜ਼ਬਾਨ ਲਈ ਆਪਣੇ ਸੱਭਿਆਚਾਰ ਲਈ ਆਪਣੇ ਇਤਿਹਾਸ ਲਈ ਕੀ ਮੋਹ ਪੈਦਾ ਹੋਊਗਾ ਕੀ ਮਾਣ ਪੈਦਾ ਹੋਏਗਾ ਰਾਜ ਭਾਸ਼ਾ ਕਮਿਸ਼ਨ ਹੋਣਾ ਚਾਹੀਦਾ ਔਰ ਉਹਦੇ ਫੈਸਲਿਆਂ ਦੀ ਜਿਹੜੀ ਸਮੀਖਿਆ ਕਰਨ ਦਾ ਅਧਿਕਾਰ ਹਾਈ ਕੋਰਟ ਜਾ ਕੇ ਤੋਂ ਉਚੇਰੀ ਅਦਾਲਤ ਨੂੰ ਹੋਣਾ ਚਾਹੀਦਾ ਜਦੋਂ ਤੱਕ ਇਹ ਤੁਸੀਂ ਨਹੀਂ ਕਰਦੇ ਸਰਕਾਰਾਂ ਆਣ ਗਈਆਂ ਜਾਣ ਗਈਆਂ ਪੰਜਾਬ 'ਚ ਪੰਜਾਬੀ ਲੱਗਣੀ ਨਹੀਂ ਹੋਊਗੀ ਸਾਨੂੰ ਫ੍ਰੀडम ਮੂਵਮੈਂਟ ਨੂੰ ਯਾਦ ਰੱਖਣਾ ਪਵੇਗਾ ਉਸ ਸਮੇਂ ਪ੍ਰੈਸ ਨੇ ਉਹਨਾਂ ਚੁਣੌਤੀਆਂ ਦਾ ਕਿਦਾਂ ਸਾਹਮਣਾ ਕੀਤਾ ਇਹਨੂੰ ਦੇਖਣਾ ਪਵੇਗਾ ਇਹ ਚੋਂ ਰਸਤਾ ਨਿਕਲੇਗਾ ਅੱਜ ਇਸ ਦਿਨ ਇਸ ਅਵਸਰਤੇ ਜਿਹੜਾ ਕੌਮੀ ਪੱਤਰਕਾਰੀ ਦਿਵਸ ਹੈ ਇਹਦੇ ਉੱਪਰ ਅਸੀਂ ਪੱਤਰਕਾਰੀ ਦੇ ਸਰੋਕਾਰਾਂ ਬਾਰੇ ਉਹ ਚਰਚਾ ਕਰ ਰਹੇ ਹਾਂ ਤੇ ਪੰਜਾਬੀ ਜ਼ਬਾਨ ਦੇ ਜਿਹੜੇ ਮਸਲੇ ਆ ਉਹਨਾਂ ਪਰ ਗੱਲ ਕਰ ਰਹੇ ਹਾਂ ਇਹ ਮੇ ਤੋਂ ਪਹਿਲਾਂ ਡਾਕਟਰ ਲਖਵਿੰਦਰ ਜੋਲ ਹੋਣਾ ਨੇ ਜਿਹੜਾ ਇਸ ਵੇਲੇ ਦੀ ਪੱਤਰਕਾਰੀ ਹੈ ਉਹਦੇ ਜਿਹੜੇ ਇਸ ਵੇਲੇ ਕੀ ਚੁਣੌਤੀਆਂ ਉਹਦੇ ਬਾਰੇ ਬੜੇ ਖੂਬ ਰੋਸ਼ਨੀ ਪਾਈ ਹੈ ਮੈਂ ਥੋੜੀ ਜੀ ਗੱਲ ਥੋੜੀ ਜਿਹੀ ਪਿੱਛੇ ਤੋਂ ਸ਼ੁਰੂ ਕਰਦਾ ਕਿ ਸਭ ਇਹ ਜਿਹੜੇ ਸਾਡੇ ਸਰੋਕਾਰ ਹੈ ਇਹਨਾਂ ਨੂੰ ਥੋੜਾ ਜਿਹਾ ਕਿਸੇ ਘੇਰੇ 'ਚ ਸਾਨੂੰ ਦੇਖਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਹੈ ਮੈਂ ਅੱਗੇ ਵੀ ਇੱਥੇ ਕਈ ਸਮਾਗਮਾਂ 'ਚ ਇਹ ਗੱਲ ਕਹੀ ਹੈ ਕਿ ਹਿੰਦੁਸਤਾਨ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਹਿੰਦੁਸਤਾਨ ਹੈ ਕੀ ਹੈ ਸਾਡੇ ਸਾਹਮਣੇ ਸਮੇਂ-ਸਮੇਂ ਤੇ ਇਹ ਗੱਲ ਰੱਖੀ ਜਾਂਦੀ ਹੈ ਇਹਦੀ ਜਿਹੜੇ ਸਾਡੇ ਬਾਕੀ ਜਿਹੜੇ ਸਾਡੇ ਖੇਤਰੀ ਪਹਿਚਾਣਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਵਕ-ਵਕ ਢੰਗਾ ਨਾਲ ਅਸੀਂ ਇਹਨੂੰ ਇੱਕ ਰਾਸ਼ਟਰ ਇੱਕ ਰਾਸ਼ਟਰ ਇੱਕ ਰਾਸ਼ਟਰ ਦਾ ਅਜਿਹਾ ਪ੍ਰਚਾਰ ਕਰਦੇ ਆ ਉਹਦੇ ਥੱਲੇ ਲੋਕਾਂ ਦੀ ਜਿਹੜੀ ਰਾਜਨੀਤਿਕ ਸਭਿਆਚਾਰਕ ਪਛਾਈ ਵਿਪਿੰਤਾ ਉਹਦਾ ਅਸੀਂ ਗळा ਘੁੱਟ ਦਿੰਦੇ ਆ ਮੈਂ ਇਹ ਗੱਲ ਬੜੇ ਜ਼ੋਰ ਸ਼ੋਨ ਨਾਲ ਪਾਕਿਸਤਾਨ 'ਚ ਵੀ ਇੱਥੇ ਵੀ ਇਹ ਗੱਲ ਕਹਿਣਾ ਮੈਂ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਜਿਹੜਾ ਖਿੱਤਾ ਸੀਗਾ ਜਿਹਦੇ 'ਚ ਭਾਰਤ ਪਾਕਿਸਤਾਨ ਤੇ ਬੰਗਲਾਦੇਸ਼ ਆਮਲ ਸੀਗਾ ਇਹ ਮਲਟੀ ਨੈਸ਼ਨਲ ਖਿੱਤਾ ਸੀਗਾ ਇਥੇ ਵਨ ਨੇਸ਼ਨ 스테ਟ ਇਹ ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਨਹੀਂ ਸੀਗਾ ਜਿੱਦਾਂ ਦੁਨੀਆ ਦੇ ਬਹੁਤ ਸਾਰੇ ਦੇਸ਼ ਐ ਜਿੱਥੇ ਇੱਕ ਸੱਭਿਆਚਾਰ ਤੇ ਇੱਕ ਭਾਸ਼ਾ ਵਾਲੇ ਲੋਕ ਵਸਦੇ ਹੁੰਦੇ ਆ ਉਹ ਵਨ ਨੇਸ਼ਨ 스테ਟ ਉਹਨਾਂ ਨੂੰ ਕਿਹਾ ਜਾ ਸਕਦਾ ਸਾਡਾ ਦੇਸ਼ ਮਲਟੀਨੇਸ਼ਨਲ ਕੰਟਰੀ ਸੀਗਾ ਦੇਸ਼ ਦੀ ਵੰਡ ਤੋਂ ਬਾਅਦ ਦੇਸ਼ ਦੀ ਵੰਡ ਤੋਂ ਬਾਅਦ ਵੀ ਇਹ ਜਿਹੜਾ ਇਹਦਾ ਖਾਸਾ ਤਬਦੀਲ ਨਹੀਂ ਹੋਇਆ ਪਾਕਿਸਤਾਨ ਦੇ ਅੰਦਰ ਸਿੰਧੀ ਬਲੋਚੀ ਪੰਜਾਬੀ ਜਿਹੜੇ ਪਸ਼ਤੂਨ ਉਹ ਵੱਖ-ਵੱਖ ਨੇਸ਼ਨਜ਼ ਜਿਹੜੀਆਂ ਕੌਮੀ ਤਾਂ ਉੱਥੇ ਵਸਦੀਆਂ ਤੇ ਭਾਰਤ ਦੇ ਅੰਦਰ ਵੀ ਜਿਨ੍ਹਾਂ ਸਾਡੇ ਵੱਖ-ਵੱਖ ਪਛਾਈ ਰਾਜ ਹੈ ਉਹ ਸਾਰੇ ਵੱਖ-ਵੱਖ ਕੌਮੀ ਕੌਮੀਆਂ ਦਾ ਹੋਮ ਲੈਂਡ ਹੈ ਤੇ ਇਸ ਤਰ੍ਹਾਂ ਦੇ ਖਿੱਤੇ ਨੂੰ ਚਲਾਉਣ ਲਈ ਇਹ ਜ਼ਰੂਰੀ ਸੀਗਾ ਕਿ ਇਹਨੂੰ ਸੈਕੂਲਰ ਡੈਮੋਕਰੇਟਿਕ ਤੇ ਫੈਡਰਲ ਸੈਟਅਪ ਦੀ ਲੋੜ ਸੀ ਜਿਹੜੀ ਪਰ ਇਹ ਇਸ ਖਿੱਤੇ ਨੂੰ ਨਸੀਬ ਹੋਣ ਦੀ ਥਾਂ ਤੇ ਬਾਹਰੀ ਹਮਲਾਵਰ ਆਏ 800 ਸਾਲ ਕੋਈ ਹੋਰ ਰਾਜ ਕਰ ਗਿਆ 2 250 ਸਾਲ ਹੋਰ ਆ ਕੇ ਅੰਗਰੇਜ਼ ਰਾਜ ਕਰ ਗਿਆ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਇਹ ਜਿਹੜਾ ਡਵੈਲਪ ਨਹੀਂ ਹੋਣ ਦਿੱਤਾ ਕਿਸੇ ਦੂਜੇ ਪਰ ਸਭ ਤੋਂ ਪਹਿਲਾਂ ਫਾਰਸੀ ਦਾ ਬੋਲਬਾਲਾ ਰਿਆ ਉਹਦੇ ਉੱਪਰ ਗੁਰੂ ਨਾਨਕ ਸਾਹਿਬ ਦੇ ਦੋ ਤਿੰਨ ਹਵਾਲੇ ਆਉਂਦੇ ਆ ਕਿ ਉਹ ਜਿਹੜੀ ਫਾਰਸੀ ਦੀ ਡੋਮੀਨੇਸ਼ਨ ਆ ਉਹਦੇ ਖਿਲਾਫ ਗੁਰੂ ਨਾਨਕ ਸਾਹਿਬ ਨੇ ਲਿਖਿਆ ਤੇ ਬੋਲਿਆ ਉਹ ਤੋਂ ਬਾਅਦ ਅੰਗਰੇਜ਼ਾਂ ਦੇ ਸਮੇਂ 'ਚ ਜਿਹੜਾ ਉਹਨਾਂ ਨੇ ਆਪਣੀ ਲਿਆ ਕੇ ਪਹਿਲਾਂ ਫਾਰਸੀ ਠੋਸੀ ਗਈ ਅੰਗਰੇਜ਼ਾਂ ਨੇ ਆ ਕੇ ਅੰਗਰੇਜ਼ੀ ਠੋਸਦੀ ਇਟਲੀ ਪੱਧਰ ਤੇ ਉਰਦੂ ਠੋਸਦੀ ਉੱਪਰਲੀ ਪੱਧਰ ਤੇ ਅੰਗਰੇਜ਼ੀ ਠੋਸਦੀ ਇਹਦੇ ਉੱਪਰ ਅੰਗਰੇਜ਼ਾਂ ਦੀਆਂ ਹੀ ਲਿਖੀਆਂ ਹੋਈਆਂ ਕਿਤਾਬਾਂ ਜਿਹੜੀਆਂ ਉਹਦੇ ਵਿੱਚੋਂ ਅੱਜ ਸਾਹਮਣੇ ਆ ਰਹੀਆਂ ਕਿ ਕਿਸ ਤਰ੍ਹਾਂ ਪੰਜਾਬ ਦੇ ਉੱਪਰ ਜਿਹੜੀ ਆ ਉਹ ਉਰਦੂ ਤੇ ਅੰਗਰੇਜ਼ੀ ਠੋਸੀ ਗਈ ਉਹਦਾ ਕਾਰਨ ਇਹ ਸੀਗਾ ਜਦੋਂ ਪੰਜਾਬ ਗੁਲਾਮ ਹੋ ਗਿਆ 1947 ਤੇ ਉਹ ਦੇ ਵਿੱਚ ਜਿਹੜੀ ਬਿਊਰੋਕ੍ਰੇਸੀ ਅੰਗਰੇਜ਼ ਲੈ ਕੇ ਆਏ ਉਹਨਾਂ ਦਾ ਰਾਜ ਜਿਹੜਾ ਸੀਗਾ ਉਹ ਯੂਪੀ ਸੀਗਾ ਉਰਦੂ ਪਛਾਈ ਲੋਕ ਸੀਗੇ ਜਿਹੜੀ ਬਿਊਰੋਕ੍ਰੇਸੀ ਤੋਂ ਬਿਨਾ ਸਰਕਾਰਾਂ ਨਹੀਂ ਚੱਲਦੀਆਂ ਬਿਊਰੋਕ੍ਰੇਸੀ ਸਾਰੀ ਯੂਪੀ ਦੀ ਲਿਆ ਕੇ ਇੱਥੇ ਉਹਨਾਂ ਨੇ ਪੰਜਾਬ 'ਚ ਤਨਾਤ ਕਰਤੀ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਸੀ ਥੋੜੀ ਤੇ ਉਰਦੂ ਆਉਂਦੀ ਸੀ ਉਹ ਸਾਰੇ ਲੈ ਕੇ ਪੰਜਾਬ ਚ ਲਾਪੇ ਤੇ ਉਹਨਾਂ ਨੇ ਉਸ ਹਿਸਾਬ ਨਾਲ ਜਿਹੜਾ ਉਹ ਅੰਗਰੇਜ਼ਾਂ ਨੇ ਕੋਈ ਸੌਖੇ ਢੰਗ ਨਾਲ ਸਾਡੀ ਬਿਊਰੋਕ੍ਰੇਸੀ ਰਾਜ ਕਰ ਸਕੇ ਜਿੱਦਾਂ ਪਿਛਲੇ ਦਿਨੀ ਕੁਝ ਮਹੀਨੇ ਮਹੀਨੇ ਪਹਿਲਾਂ ਜਦੋਂ ਪੰਜਾਬ ਚ ਤੇ ਨਾ ਚੰਡੀਗੜ੍ਹ ਚ ਪੰਜਾਬੀ ਮੰਚ ਨੇ ਜੋਰ ਸ਼ੋਰ ਨਾਲ ਪੰਜਾਬੀ ਦਾ ਮੁੱਦਾ اٹھਾਇਆ ਤਾਂ ਰਾਜਨਾਥ ਸਿੰਘ ਨੇ ਬਿਆਨ ਦਿੱਤਾ ਕਿ ਅਫਸਰ ਬਹੁਤੀਆਂ ਪਛਾਵਾਂ ਨਹੀਂ ਸਿੱਖ ਸਕਦੇ ਇਸ ਕਰਕੇ ਚੰਡੀਗੜ੍ਹ ਚ ਅਸੀਂ ਪੰਜਾਬੀ ਚ ਕੰਮ ਨਹੀਂ ਸ਼ੁਰੂ ਕਰ ਸਕਦੇ ਉਹ ਅੰਗਰੇਜ਼ਾਂ ਦੇ ਵੇਲੇ ਵੀ ਸੀ ਕਿ ਬਿਊਰੋਕ੍ਰੇਸੀ ਜਿਹੜੀ ਸਾਡੀ ਅਫਸਰशाही ਆ ਉਹ ਕਿਹੜੀ ਭਾਸ਼ਾ 'ਚ ਕੰਮ ਕਰ ਸਕਦੀ ਹੈ ਉਹ 'ਚ ਹੀ ਕਰਵਾਓ ਲੋਕ ਮੈਂ ਟਠੇ ਖੂਚ ਇਹਦੇ ਤੇ ਬੜੀ ਡਿਬੇਟ ਹੋਈ ਉਸ ਵੇਲੇ ਪੰਜਾਬ 'ਚ ਅੰਗਰੇਜ਼ ਦੀ ਇੱਕ ਆਪਣੀ ਕਿਤਾਬ ਲਿਖੀ ਹੋਣੀ ਮੈਂ ਨਾਂ ਨਹੀਂ ਉਹਦੇ ਸਾਰਾ ਲਿਖਿਆ ਕਿ ਕਿੱਦਾਂ ਪੰਜਾਬ ਤੇ ਅੰਗਰੇਜ਼ੀ ਤੇ ਉਰਦੂ ਠੋਸੀ ਗਈ ਉਸ ਵੇਲੇ ਡਿਬੇਟ ਹੋਈ ਕਿ ਇੱਕ ਅਫਸਰ ਨੇ ਅੰਗਰੇਜ਼ ਅਫਸਰ ਨੇ ਇਹ ਜਿਹੜੀ ਰਿਪੋਰਟ ਦਿੱਤੀ ਕਿ ਪੰਜਾਬ 'ਚ ਪੰਜਾਬੀ ਲੋਕਾਂ ਦੀ ਜ਼ੁਬਾਨ ਹੈ ਪੰਜਾਬੀ 'ਚ ਪ੍ਰਸ਼ਾਸਨ ਸ਼ੁਰੂ ਕਰਿਆ ਜਾਏ ਉਹਦੇ 'ਚ ਬੜੀ ਡਿਬੇਟ ਵਈ ਉਸ ਵੇਲੇ ਪੰਜਾਬ 'ਚ ਉਹ ਅੰਗਰੇਜ਼ਾਂ ਨੇ ਬਹੁਤ ਸਾਰਿਆਂ ਨੇ ਕਿਹਾ ਅੰਗਰੇਜ਼ ਅਫਸਰਾਂ ਨੇ ਕਿ ਜੇ ਪੰਜਾਬ ਚ ਪੰਜਾਬੀ ਲਾਗੂ ਕੀਤੀ ਗਈ ਪ੍ਰਸ਼ਾਸਨ ਪੰਜਾਬੀ ਚਲਿਆ ਤੇ ਇਹਨਾਂ ਦਾ ਜਿਹੜਾ ਗ੍ਰੇਟ ਪਾਸਟ ਹੈ ਇਹਨਾਂ ਦਾ ਕਿ ਅਸੀਂ ਐਡੇ ਵੱਡੇ ਐਮਪਾਇਰ ਦੇ ਮਾਲਕ ਸੀਗੇ ਇਹ ਇਹਨਾਂ ਨੂੰ ਯਾਦ ਆਉਂਦਾ ਰਹੂਗਾ ਆਪਣੀ ਕੋਈ ਜ਼ਬਾਨ ਹੁੰਦੀ ਹੈ ਉਹਦਾ ਇਤਿਹਾਸ ਸੱਭਿਆਚਾਰ ਵਿਰਸੇ ਦੀ ਨੁਮਾਇੰਦਗੀ ਕਰਦੀ ਹੈ ਤੇ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਮੁਸ਼ਕਲ ਹੋਊਗਾ ਇਸ ਕਰਕੇ ਇਹਨਾਂ ਤੇ ਇਹਨਾਂ ਦੀ ਜਿਹੜੀ ਜ਼ਬਾਨ ਨਹੀਂ ਹੈਗੀ ਉਸ ਭਾਸ਼ਾ ਚ ਇਹਨਾਂ ਤੇ ਰਾਜ ਕਰੋ ਤੇ ਇਹ ਲੋਕ ਜਿਹੜੇ ਆ ਇਹਨਾਂ ਚ ਜਿਹੜਾ ਇਹਨਾਂ ਚ ਆਤਮ ਗਲਾਨੀ ਰਹੂਗੀ ਹੀਣ ਭਾਵਨਾ ਰਹੇਗੀ ਕਿ ਇਹ ਜਿਹੜੀ ਬੜੀ ਉੱਤਮ ਜ਼ਬਾਨ ਹੈ ਇਹ ਸਾਨੂੰ ਆਉਂਦੀ ਨਹੀਂ ਇਸ ਕਰਕੇ ਵੱਡੀਆਂ ਪੋਸਟਾਂ ਵੱਡੇ ਦਾਅਵੇ ਕਰਨ ਦੇ ਹੱਕਦਾਰ ਹੀ ਨਹੀਂ ਹੋਣਗੇ ਅੱਜ ਵੀ ਤੁਸੀਂ ਦੇਖ ਲਓ ਪੰਜਾਬ ਦੇ ਅੰਦਰ ਜਿਹੜੇ ਸਾਡੇ ਦਿਹਾਤੀ ਨੌਜਵਾਨ ਆ ਉਹਨਾਂ ਦੇ ਵਿੱਚ ਹੀਣ ਭਾਵਨਾ ਰਹਿੰਦੀ ਆ ਕਿ ਸਾਨੂੰ ਫਰਾਟੇ ਦਾ ਅੰਗਰੇਜ਼ੀ ਨਹੀਂ ਆਦੀ ਇਸ ਕਰਕੇ ਅਸੀਂ ਅੱਗੇ ਨਹੀਂ ਵੱਧ ਸਕਦੇ ਤੇ ਭਾਰਤ ਦੇ ਅੰਦਰ 74 ਸਾਲ ਬਾਅਦ ਵੀ ਜਿਹੜਾ ਸਾਡੇ ਵਿਕਾਸ ਦੀ ਜਰਨੈਲੀ ਸੜ ਗਿਆ ਜੇ ਉਹਦੇ ਤੇ ਜਿਹਨੂੰ ਅੰਗਰੇਜ਼ੀ ਚ ਮਹਾਰਤ ਹੈ ਉਹੀ ਉਹਦੇ ਪਰਚੜ ਸਕਦਾ ਦੂਜਾ ਚੜ ਨਹੀਂ ਸਕਦਾ ਤੇ ਹੁਣ ਜਿਹੜਾ ਇੱਥੇ ਪਲੱਸ 2 ਤੋਂ ਬਾਅਦ ਇੱਥੇ ਰੋਜ਼ਗਾਰ ਦੇ ਕੋਈ ਜਿਹੜੇ ਮੌਕੇ ਨਹੀਂ ਰਹੇ ਉਹਨੇ ਹੋਰ ਚੀਜ਼ ਲਾਗੂ ਕਰਤੀ ਇਹਦੇ ਨਾਲ ਜਿਹੜਾ ਤੁਹਾਡਾ ਮਾਲਕ ਜਿਹੜਾ ਤੁਹਾਡਾ ਜਿਹੜਾ ਟੈਲੈਂਟ ਆ ਜਿਹੜਾ ਉਹ ਵਿਕਸਿਤ ਹੀ ਨਹੀਂ ਹੁੰਦਾ ਹੀਣ ਭਾਵਨਾ ਚ ਹੀ ਲੋਕ ਨੌ ਨੌ ਬਾਰੀ ਹਾਈਲਾਈਟਸ ਕਰਕੇ ਜਿਹੜੇ ਬੱਚੇ ਬਾਹਰ ਜਾ ਰਹਾ ਤੁਸੀਂ ਦੇਖ ਲਓ ਬ੍ਰਿਟਿਸ਼ ਕੌਂਸਲ ਦਾ ਜਿਹੜਾ ਪੰਜਵਾਂ ਇਨਕਮ ਦਾ ਸੋਰਸ ਆ ਉਹ ਆਈਲੈਂਡਸ ਆ ਉਹ ਚਲੇ ਗਏ ਰਾਜ ਕਰਕੇ ਚਲੇ ਗਏ ਉਹਨਾਂ ਦੀ ਜਿਹੜੀ ਆਮਦਨ ਹੈ ਇੰਗਲੈਂਡ ਦੀ ਉਹਦਾ ਪੰਜਵਾਂ ਜਿਹੜਾ ਹਿੱਸਾ ਉਹ ਆਈਲੈਂਡਸ ਨੂੰ ਜਾ ਰਿਹਾ ਸੋ ਇਸ ਤਰ੍ਹਾਂ ਦੀਆਂ ਸਥਿਤੀਆਂ ਚ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਇਹ ਜਿਹੜਾ ਮਲਟੀ ਨੈਸ਼ਨਲ ਖੇਤਾ ਆ ਇਹਦੇ ਚ ਸਿੱਖਿਆ ਪ੍ਰਸ਼ਾਸਨ ਨਿਆਂ ਦੇ ਖੇਤਰ ਚ ਜਿਹੜੀਆਂ ਲੋਕਾਂ ਦੀਆਂ ਪਛਾਵਾਆਂ ਆ ਉਹਨਾਂ ਨੂੰ ਮਹਤਮ ਮਹਿਣਾ ਚਾਹੀਦਾ ਬਿਨਾਂ ਸ਼ੱਕ ਲੋੜ ਆ ਅੰਤਰਰਾਸ਼ਟਰੀ ਜਿਹੜੀ ਐਸ ਵੇਲੇ ਜ਼ਮਾਨਾ ਹੈ ਅੰਗਰੇਜ਼ੀ ਔਰ ਵੀ ਆਣੀ ਚਾਹੀਦੀ ਹੈ ਬੱਚਿਆਂ ਨੂੰ ਪਰ ਨਾਲ-ਨਾਲ ਜਿਹੜੀ ਉਹਨਾਂ ਦੀ ਆਪਣੀ ਜ਼ੁਬਾਨ ਹੈ ਜਿਹੜੀ ਪੰਜਾਬੀ ਹੈ ਉਹ ਵੀ ਹਰ ਇੱਕ ਨੂੰ ਪੜ੍ਹਨੀ ਲਿਖਣੀ ਤੇ ਬੋਲਣੀ ਆਣੀ ਚਾਹੀਦੀ ਹੈ ਔਰ ਇਹਤੇ ਉਹਨਾਂ ਨੂੰ ਮਾਣ ਹੋਣਾ ਚਾਹੀਦਾ ਇਹ ਇਸ ਤਰ੍ਹਾਂ ਦੀ ਜਿਹੜੀ ਜਿਹੜਾ ਕੰਮ ਆ ਉਹ ਕਿਸੇ ਵੀ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੂੰ ਕਰਨਾ ਚਾਹੀਦਾ ਪਿਛਲੇ ਕਈ ਦਹਾਕਿਆਂ ਤੋਂ ਇਹ ਗੱਲਾਂ ਅਸੀਂ ਹਰ ਸਰਕਾਰ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਸਾਡਾ ਹਾਲ ਇਹ ਆ ਕਿ ਪੰਜਾਬੀ ਸੂਬਾ ਬਣਾਉਣ ਤੋਂ ਬਾਅਦ ਅੱਜ ਤੱਕ ਅਸੀਂ ਸਰਕਾਰੀ ਤੇ ਗੈਰ ਸਰਕਾਰੀ ਬੋਰਡਾਂ ਦੇ ਉੱਪਰ ਪੰਜਾਬੀ ਨਹੀਂ ਲਿਖਾ ਸਕੇ ਇਹ ਤੇ ਜਿੰਨੇ ਵੀ ਜਿਹੜੇ ਭਾਵੇਂ ਚਾਹੇ ਉਹ ਜਿਹੜਾ 1960 ਦਾ ਪਾਸ਼ਾ ਐਕਟ ਬਣਿਆ ਲਖਮਨ ਸਿੰਘ ਗਿੱਲ ਦੇ ਯਤਨਾਂ ਨਾਲ ਉਹਦੇ 'ਚ ਵੀ ਉਲੰਘਣਾ ਕਰਨ ਵਾਲਿਆਂ ਲਈ ਠੋਸ ਕੋਈ ਵਿਵਸਥਾ ਨਾ ਕਰਨ ਕਰਕੇ ਉਹ ਜਿੰਨਾ ਚਿਰ ਲਖਮਨ ਸਿੰਘ ਗਿੱਲ ਜਿੰਦਾ ਰਹਿ ਉਹ ਲਾਗੂ ਰਿਆ ਜਦੋਂ ਨਹੀਂ ਰਹੇ ਜਾਂ ਸਤਾ ਤੋਂ ਬਾਹਰ ਹੋ ਗਏ ਤੇ ਫੇਰ ਉਹ ਖਟਾਈ 'ਚ ਪੈ ਗਿਆ ਉਤੋ ਬਾਅਦ ਅਸੀਂ ਰੌਲਾ ਰੱਪਾ ਪਾਇਆ ਖਾਲਸਾ ਗੱਲ ਵਿੱਚ 2007 ਚ ਇੱਕ ਪੰਜਾਬ ਡੇ ਤੇ ਇੱਕ ਫੰਕਸ਼ਨ ਕੀਤਾ ਪ੍ਰਕਾਸ਼ ਸਿੰਘ ਬਾਦਲ ਨੂੰ ਬੁਲਾਇਆ ਮੁੱਖ ਮੰਤਰੀ ਸੀ ਉਹਨਾਂ ਨੂੰ ਸਾਹਮਣੇ ਬਿਠਾ ਕੇ ਮੈਂ ਇਹ ਕਿਹਾ ਕਿ ਪੰਜਾਬ ਦੇ ਸਕੂਲਾਂ ਚ ਜਿਹੜਾ ਪੰਜਾਬੀ ਸੁਭਾ ਬਣਾਇਆ ਜਿਹਦੇ ਲਈ ਸਭ ਤੋਂ ਬਾਅਦ ਤੁਸੀਂ ਕੁਰਬਾਨੀਆਂ ਕੀਤੀਆਂ ਲੋਕ ਸ਼ਹੀਦ ਹੋ ਗਏ ਜ਼ਿਲਾਂ ਚ ਗਏ ਉਸ ਪੰਜਾਬ ਦੇ ਵਿੱਚ ਗੈਰ ਸਰਕਾਰੀ ਸਕੂਲਾਂ ਚ ਬੱਚਿਆਂ ਦੇ ਮੂੰਹ ਤੇ ਪੰਜਾਬੀ ਬੋਲਣ ਤੇ ਚਪੇੜਾਂ ਮਾਰੀਆਂ ਜਾਂਦੀਆਂ ਔਰ ਜੁਰਮਾਨੇ ਕਿਤੇ ਜਾਂਦੇ ਤੇ ਉਹ ਉਹਨਾਂ ਦੇ ਵਿੱਚ ਆਪਣੀ ਜ਼ਬਾਨ ਲਈ ਆਪਣੇ ਸੱਭਿਆਚਾਰ ਲਈ ਆਪਣੇ ਇਤਿਹਾਸ ਲਈ ਕੀ ਮੋਹ ਪੈਦਾ ਹੋਊਗਾ ਕੀ ਮਾਣ ਪੈਦਾ ਹੋਵੇਗਾ ਔਰ ਇਹ ਇਹ ਮੈਂ ਉਹਨਾਂ ਨੂੰ ਕਿਹਾ ਬਈ ਇਹ ਸਾਰਾ ਕੁਝ ਹੋ ਰਿਹਾ ਹੈਗਾ ਤੇ ਬਾਕੀ ਤੁਸੀਂ ਜੋ ਮਰਜੀ ਦਾਵੇ ਕਰੀ ਜੋ ਸਿੱਖਿਆ ਪ੍ਰਸ਼ਾਸਨ ਚ ਪੰਜਾਬੀ ਨੂੰ ਜੋ ਯੋਗ ਸਥਾਨ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਉਹ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਕੀ ਕਰਾਣਾ ਚਾਹੁੰਦੇ ਆ ਮੈਂ ਕਿਹਾ ਵੀ ਘੱਟੋ ਘੱਟ ਇੰਨਾ ਕਰੋ ਕਿ ਚਾਹੇ ਸਰਕਾਰੀ ਸਕੂਲ ਹੈ ਚਾਹੇ ਗੈਰ ਸਰਕਾਰੀ ਸਕੂਲ ਹੈ ਉਹਦੇ ਵਿੱਚ ਪਹਿਲੀ ਤੋਂ 10ਵੀਂ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਂਦਾ। ਉਹਨਾਂ ਨੇ ਸਿਧਾਂਤਕ ਤੌਰ ਤੇ ਗੱਲ ਮੰਨ ਲਈ ਤੇ ਅਪਿੰਦਰਜੀਤ ਕੌਰ ਦੀ ਡਿਊਟੀ ਲਗਾਈ ਗਈ। ਉਹਨੇ ਦੱਖਣੀ ਭਾਰਤ ਦੇ ਸਾਰੇ ਭਾਸ਼ਾ ਐਕਟ ਲਿਆਂਦੇ ਸਟੱਡੀ ਕੀਤੇ ਅਸੀਂ ਸਾਨੂੰ ਵੀ ਜੋ ਕੁਝ ਮਿਲਿਆ ਸੀ ਉਹਨਾਂ ਨੂੰ ਦਿੱਤਾ ਤੇ ਐਕਟ ਬਣ ਗਿਆ 2008 ਦਾ ਜਿਹੜਾ ਪੰਜਾਬੀ ਤੇ ਹੋਰ ਪਛਾਵਾਂ ਦੀ ਪੜਾਈ ਦਾ ਐਕਟ ਬਣ ਗਿਆ। ਪਹਿਲੀ ਵਾਰੀ ਪਹਿਲੀ ਤੋਂ 10ਵੀਂ ਤੱਕ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਬਿਸ਼ਵ ਬਜੋਂ ਕਰਵਾਉਣ ਦੀ ਉਹ ਚ ਵਿਵਸਥਾ ਕੀਤੀ ਗਈ ਫੇਰ ਜਿਹੜਾ ਰਾਜਪਾਸ਼ਾ ਐਕਟ ਆ ਉਹਨੂੰ ਸੋਧਿਆ ਗਿਆ ਉਹਦੇ ਜ਼ਿਲ੍ਹਾ ਪੱਦਰ ਦੀਆਂ ਅਦਾਲਤਾਂ ਚ ਵੀ ਪੰਜਾਬੀ ਚ ਕੰਮ ਕਾਜ ਦੀ ਉਹਦੇ ਚ ਵਿਵਸਥਾ ਕੀਤੀ ਗਈ ਪਰ ਉਹਦੇ ਵਿੱਚ ਵੀ ਜਦੋਂ ਇੱਕ ਐਕਟ ਬਣੇ ਕਾਨੂੰਨੀ ਰਾਏ ਲਈ ਦੇ ਉਸ ਵੇਲੇ ਦੇ ਐਡਵੋਕੇਟ ਜਨਰਲ ਕੋਲ ਗਏ ਕਿਉਂਕਿ ਬਿਊਰੋਕ੍ਰੇਸੀ ਦਾ ਬਿਊਰੋਕ੍ਰੇਸੀ ਪੱਖਪੂਰਦੀ ਹੈ ਉਹਦੇ ਵਿੱਚ ਵੀ ਜਿਹੜੀ ਆ ਉਹੀ ਪੰਜ ਇਹ ਜਿਹੜਾ ਪੰਜਾਬੀ ਤੇ ਹੋਰ ਪਛਾਵਾਂ ਦੀ ਪੜਾਈ ਦਾ ਐਕਟ ਤੇ ਜਿਹੜਾ ਰਾਜਪਾਸ਼ਾ ਐਕਟ ਜਿਹੜੇ 2008 ਦੇ ਸੋਧੇ ਗਏ ਉਦੋਂ ਜਿਹੜੇ ਬਣੇ ਉਹਦੇ ਚ ਵੀ ਇੱਕ ਅਜਿਹੀ ਸ਼ਕਤੀਸ਼ਾਲੀ ਅਥਾਰਟੀ ਨਹੀਂ ਬਣਾਈ ਗਈ ਜਿਹੜੀ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰ ਸਕੇ ਹੁਣ ਮੈਂ ਸਰਦਾਰ ਪ੍ਰਗਟ ਸਿੰਘ ਉਹਨਾਂ ਨੂੰ ਇਹ ਕਹਿਣਾ ਚਾਹਣਾ ਕਿ ਸਪਸ਼ਟ ਰੂਪ ਚ ਚ ਭਾਵੇਂ ਹੁਣ ਵਿਧਾਨ ਸਭਾ ਦਾ ਸੈਸ਼ਨ ਨਹੀਂ ਹੋਣਾ ਤੁਸੀਂ ਰਾਜਪਾਸ਼ਾ ਕਮਿਸ਼ਨ ਬਣਾ ਦਿਓ ਚਾਹੇ ਉਹਨੂੰ ਰਾਜਪਾਸ਼ਾ ਟਰਮੀਨਲ ਦਾ ਨਾਮ ਦਿਓ ਚਾਹੇ ਰਾਜਪਾਸ਼ਾ ਕਮਿਸ਼ਨ ਦਾ ਨਾਮ ਦਿਓ ਉਹਦੇ ਕੋਲ ਜੁਡੀਸ਼ੀਅਲ ਪਾਵਰ ਹੋਣੀ ਚਾਹੀਦੀਆਂ ਜਿੰਨੀ ਪੰਜਾਬੀ ਤੇ ਹੋਰ ਪਛਾਵਾ ਦੀ ਪੜਾਈ ਦਾ ਐਕਟ ਹੈ ਜਾਂ ਦੋ ਰਾਜਪਾਸ਼ਾ 2008 ਦਾ ਐਕਟ ਹੈ ਅਲਟੀਮੇਟ ਅਥਾਰਟੀ ਇੰਪਲੀਮੈਂਟੇਸ਼ਨ ਦੀ ਰਾਜਪਾਸ਼ਾ ਕਮਿਸ਼ਨ ਹੋਣਾ ਚਾਹੀਦਾ ਔਰ ਉਹਦੇ ਫੈਸਲਿਆਂ ਦੀ ਜਿਹੜੀ ਸਮੀਖਿਆ ਕਰਨ ਦਾ ਅਧਿਕਾਰ ਹਾਈ ਕੋਰਟ ਜਾਂ ਤੋਂ ਉੱਚੀ ਅਦਾਲਤ ਨੂੰ ਹੋਣਾ ਚਾਹੀਦਾ ਜਦੋਂ ਤੱਕ ਇਹ ਤੁਸੀਂ ਨਹੀਂ ਕਰਦੇ ਸਰਕਾਰ ਆਣ ਗਈਆਂ ਜਾਣ ਗਈਆਂ ਪੰਜਾਬ 'ਚ ਪੰਜਾਬੀ ਲਾਗੂ ਨਹੀਂ ਹੋਊਗੀ ਜਦ ਜਦੋਂ ਤੱਕ ਸਪਸ਼ਟ ਰੂਪ 'ਚ ਇੱਕ ਅਥਾਰਟੀ ਨਹੀਂ ਬਣਦੀ ਇਹ ਤੁਹਾਨੂੰ ਬਣਾਉਣ ਲਈ ਜੇ ਤੁਸੀਂ ਕਰ ਜਾਂਦੇ ਆ ਤੇ ਲਸ਼ਮਣ ਸਿੰਘ ਦੇ ਲਸ਼ਮਣ ਸਿੰਘ ਗੇਲਤੋਂ ਵੀ ਬਾਦਲ ਲੋਕ ਤੁਹਾਨੂੰ ਯਾਦ ਰੱਖਣਗੇ ਇਹਦੇ ਲਈ ਇਹਦੇ ਲਈ ਹੁਣ ਵਿਧਾਨ ਸਭਾ ਦਾ ਸੈਸ਼ਨ ਨਹੀਂ ਹੋਣਾ ਤੁਸੀਂ ਨੋਟੀਫਿਕੇਸ਼ਨ ਜਾਰੀ ਕਰਕੇ ਕਾਰਡੀਨੈਂਸ ਤਿਆਰ ਕਰੋ ਤੇ ਅਗਲੀ ਜਿਹੜੀ ਸਰਕਾਰ ਆਏਗੀ ਉਦੇ ਗਲ ਫੰਦਾ ਪੈ ਜਾਏਗਾ ਉਹ ਇਹ ਤੋਂ ਪਿੱਛੇ ਨਹੀਂ हट ਸਕੀ ਤੇ ਨਾ ਅਸੀਂ ਉਹਨੂੰ ਹਟਣ ਦੇਾਂਗੇ ਤੇ ਇਸ ਕਰਕੇ ਰਾਜਪੱਛਾ ਐਕਟ ਬਣਾਓ ਦੂਜੀ ਮੈਂ ਗੱਲ ਇਹ ਕਹਿਣੀ ਚਾਹਨਾ ਕਿ ਲਾਇਬ੍ਰੇਰੀ ਐਕਟ ਦਾ ਖਰੜਾ ਬਣਿਆ ਪਿਆ ਜਿਹੜਾ ਸੇਖਮਾ ਨੇ ਬੜੀ ਮਿਹਨਤ ਕਰਕੇ ਲਾਇਬ੍ਰੇਰੀ ਐਕਟ ਦਾ ਖਰੜਾ ਬਣਾਇਆ ਸੀ ਉਹ ਡਿਪਾਰਟਮੈਂਟ ਕੋਲ ਹੋਏਗਾ ਉਹਨੂੰ ਨੋਟੀਫਿਕੇਸ਼ਨ ਜਾਰੀ ਉਹਦਾ ਆਰਡੀਨੈਂਸ ਜਾਰੀ ਕਰਕੇ ਪੰਜਾਬ ਇੱਕੋ ਇੱਕ ਇੰਡੀਆ ਦੀ ਸਟੇਟ ਹੈ ਜਿੱਥੇ ਲਾਇਬ੍ਰੇਰੀ ਡਿਪਾਰਟਮੈਂਟ ਹੀ ਹੈ ਨਹੀਂ ਲਾਇਬ੍ਰੇਰੀ ਵਪਾਰ ਹੀ ਹੈ ਨਹੀਂਗਾ ਅਗਰ ਲਾਇਬ੍ਰੇਰੀ ਐਕਟ ਬਣੂਗਾ ਜ਼ਿਲ੍ਹਾ ਪੱਧਰ ਤੇ ਤਹਿਸੀਲਾਂ ਦੀ ਪੱਧਰ ਤੇ ਬਲੌਕ ਪੱਧਰ ਤੇ ਜਿਹੜੀਆਂ ਸਰਕਾਰੀ ਲਾਇਬ੍ਰੇਰੀਆਂ ਬਣਨਗੀਆਂ ਤੇ ਉਹਦੇ ਚ ਲੇਖਾਂ ਦੀਆਂ ਕਿਤਾਬਾਂ ਜਾਣਗੀਆਂ ਨਵੀਂ ਪੀੜ੍ਹੀ ਜਿਹੜੀ ਆ ਕੋਈ ਟਾਈਮ ਟੂਮ ਕੱਢ ਕੇ ਉੱਥੇ ਬੈਠੇਗੀ ਤੇ ਅਸੀਂ ਬਿਹਤਰ ਜਿਹੜੇ ਪੰਜਾਬੀ ਉਹ ਤਿਆਰ ਕਰ ਸਕਾਂਗੇ ਦੂਜਾ ਕੰਮ ਇਹ ਕਰਨਾ ਚਾਹੀਦਾ ਤੀਜਾ ਕੰਮ ਜਿਹੜਾ ਕਰਨਾ ਚਾਹੀਦਾ ਉਹ ਇਹ ਆ ਕਿ ਜਦੋਂ ਗੁਰੂ ਨਾਨਕ ਦੇਵ ਦਾ 550 ਸਾਲਾ ਮਨਾਇਆ ਗਿਆ ਤੇ ਅਸੀਂ ਬੜਾ ਜ਼ੋਰ ਲਾਇਆ ਕਿ ਪੰਜਾਬ ਦੇ ਸਰਕਾਰੀ ਗੈਰ ਸਰਕਾਰੀ ਜਿਹੜੇ ਬੋਰਡ ਆ ਉਹਨਾਂ ਤੇ ਪੰਜਾਬੀ ਲਿਖੀ ਜਾਵੇ ਉਹਦੇ ਤ੍ਰਿਪਤਰ ਰਜ਼ਿੰਦਰ ਸਿੰਘ ਬਾਜਵਾ ਨੇ ਤਾਂ ਨੋਟੀਫਿਕੇਸ਼ਨ ਜਾਰੀ ਕਰਤਾ ਇੰਪਲੀਮੈਂਟ ਨਹੀਂ ਹੋਇਆ ਪਰ ਜਾਰੀ ਕਰਤਾ ਲੇਬਰ ਡਿਪਾਰਟਮੈਂਟ ਮਿਨਿਸਟਰ ਜਿਹਾ ਬਲਵੀਰ ਸਿੰਘ ਸਿੱਧੂ ਉਹਨਾਂ ਨੇ ਕਰਨਾ ਸੀਗਾ ਜਿਹੜੇ ਗੈਰ ਸਰਕਾਰੀ ਬੋਰਡ ਬਾਰੇ ਨੋਟੀਫਿਕੇਸ਼ਨ ਜਾਰੀ ਕਰਨਾ ਸੀ ਅਸੀਂ ਸਾਰਾ ਜ਼ੋਰ ਲਾ ਲਿਆ ਉਹਨਾਂ ਨੇ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਹੁਣ ਉਹਨੇ ਲੋੜ ਇਹ ਆ ਕਿ ਉਹ ਨੋਟੀਫਿਕੇਸ਼ਨ ਵੀ ਜਾਰੀ ਹੋਵੇ ਪੰਜਾਬ ਦੇ ਜਿਹੜੇ ਸਾਰੇ ਸਰਕਾਰੀ ਗੈਰ ਸਰਕਾਰੀ ਬੋਰਡ ਆ ਉਹਨਾਂ ਦੇ ਉੱਪਰ ਪੰਜਾਬੀ ਚ ਜਾਣਕਾਰੀ ਹੋਵੇ ਬਾਕੀ ਜੜੀਆਂ ਮਰਜੀ ਪਛਾਵਾਂ ਚ ਅਗਲਾ ਲਿਖ ਲਵੇ ਜਦੋਂ ਪੰਜਾਬ ਚ ਇੱਕ ਵਾਰ ਤੁਰਾਂਗੇ ਬਾਜ਼ਾਰਾਂ ਚ ਜਾਵਾਂਗੇ ਜਦੋਂ ਉੱਤੇ ਪੰਜਾਬੀ ਲਿਖੀ ਹੋਏਗੀ ਸਾਡਾ ਹਰ ਪੰਜਾਬੀ ਆ ਉਹਦਾ ਸੀਨਾ ਮਾਣ ਨਾਲ ਚੋਣਾ ਹੋਊਗਾ ਤੇ ਉਹਦੇ ਚ ਹੀਣ ਭਾਵਨਾ ਜਿਹੜੀ ਪੰਜਾਬੀ ਦੀ ਆ ਉਹ ਖਤਮ ਹੋ ਜਾਏਗੀ ਇਹ ਕੋਈ ਜ਼ਿਆਦਾ ਮੰਗ ਨਹੀਂ ਹੈਗੀ ਇਹ ਸਾਰੇ ਦੱਖਣੀ ਭਾਰਤ ਦੇ ਰਾਜਾਂ ਚਲ ਜਾਓ ਸਾਰਾ ਇਸੇ ਤਰ੍ਹਾਂ ਹੈ ਮਹਾਰਾਸ਼ਟਰ ਚਲ ਜਾਓ ਇਸੇ ਤਰ੍ਹਾਂ ਬੰਗਾਲ ਚਲ ਜਾਓ ਇਸੇ ਤਰ੍ਹਾਂ ਇੱਕ ਪੰਜਾਬ ਹੀ ਹੈ ਜਿਹੜੇ ਅਸੀਂ 74 ਸਾਲਾਂ ਅਜ਼ਾਦੀ ਤੋਂ ਬਾਅਦ ਆਪਣੀ ਜ਼ੁਬਾਨ ਨੂੰ ਬੋੜਾਂ ਤੇ ਨਹੀਂ ਦੇਖ ਰਿਹਾਏ ਸੋ ਇਹ ਚੀਜ਼ਾਂ ਕਰਨ ਦੀ ਲੋੜ ਹੈਗੀ ਹੈ ਜਿੱਥੋਂ ਤੱਕ ਇਸ ਵੇਲੇ ਪੱਤਰਕਾਰੀ ਦੀਆਂ ਚੁਣੌਤੀਆਂ ਦੀ ਗੱਲ ਹੈ ਉਹਦੇ ਚ ਆਪਣਾ ਤੁਹਾਨੂੰ ਇਸ ਮਕਸਦ ਲਈ ਜਿਹੜੀਆਂ ਅੱਜ ਦੀਆਂ ਚੁਣੌਤੀਆਂ ਉਹਨਾਂ ਦਾ ਮੁਕਾਬਲਾ ਕਰਨ ਲਈ ਤੁਹਾਨੂੰ ਆਪਣੀ ਆਜ਼ਾਦੀ ਦੇ ਸੰਘਰਸ਼ ਬਲ ਪਰਤਣਾ ਪਊਗਾ ਜਦੋਂ ਵੱਡੇ ਸੰਕਟ ਆਏ ਇੱਕ ਅਜਿਹੀ ਹਕੂਮਤ ਦੇਸ਼ ਤੇ ਰਾਜ ਕਰਦੀ ਸੀ ਜਿਹਦਾ ਕਹਿੰਦੇ ਸੀ ਸੂਰਜ ਨਹੀਂ ਛਿਪਦਾ ਕਿਤੇ ਵੀ ਉਹਦੇ ਖਿਲਾਫ ਸਾਡੇ ਲੋਕਾਂ ਨੇ ਲੜਾਈ ਲੜੀ ਉਸ ਸਮੇਂ ਦੇ ਛੋਟੇ ਛੋਟੇ ਅਖਬਾਰਾਂ ਨੇ ਲੜਾਈ ਲੜੀ ਚਾਹੇ ਉਹ ਮਹਾਤਮਾ ਗਾਂਧੀ ਦੇ ਆਪਣੇ ਅਖਬਾਰ ਸੀ ਚਾਹੇ ਮਲਾਨਾ ਅਬਦੁਲ ਕਲਾਮ ਆਜ਼ਾਦ ਦੇ ਆਪਣੇ ਅਖਬਾਰ ਸੀਗੇ ਇਸੇ ਤਰ੍ਹਾਂ ਪੰਜਾਬ 'ਚ ਵੀ ਜਿਹੜੇ ਵਕ ਵਕ ਜੜੀਆਂ ਸਿਆਸੀ ਤਰ੍ਹਾਂ ਲੜਦੀਆਂ ਸੀ ਉਹਨਾਂ ਦੇ ਆਪਣੇ ਅਖਬਾਰ ਸੀ ਵੱਡੇ ادارے ਆ ਨੇ ਉਦੋਂ ਵੀ ਲੋਕਾਂ ਦਾ ਸਾਥ ਨਹੀਂ ਦਿੱਤਾ ਸੀ ਕਿਉਂਕਿ ਵੱਡੇ ਅਦਾਰਿਆਂ ਨੂੰ ਇਨਵੈਸਟਮੈਂਟ ਜ਼ਿਆਦਾ ਹੁੰਦੀ ਆ ਅਨ ਇਨਵੈਸਟਮੈਂਟ ਨੂੰ ਕਾਇਮ ਰੱਖਣਾ ਉਹਨਾਂ ਨੂੰ ਸਰਕਾਰੀ ਅਦਾਰੇ ਸਰਕਾਰਾਂ ਤੇ ਜ਼ਿਆਦਾ ਟੇਕ ਰੱਖਣੀ ਪੈਂਦੀ ਆ ਸਰਕਾਰਾਂ ਨਾਲ ਲੜ ਨਹੀਂ ਸਕਦੇ ਜਿਹੜੇ ਛੋਟੇ ادارے ਹੁੰਦੇ ਆ ਉਹ ਜਿਨ੍ਹਾਂ ਦੇ ਵਿੱਚ ਕਮਿਟਿਡ ਲੋਕ ਹੁੰਦੇ ਆ ਉਹ ਵੱਡੀਆਂ ਲੜਾਈਆਂ ਲੜਦੇ ਆ ਇਸ ਪੱਖ ਤੋਂ ਤੁਸੀਂ ਦੇਖ ਸਕਦੇ ਆ ਜਿਹੜੀ ਆਜ਼ਾਦੀ ਦੇ ਸੰਘਰਸ਼ ਦਾ ਤੁਸੀਂ ਧਿਆਨ ਕਰੋ ਵੱਖ-ਵੱਖ ਰਾਜਾਂ ਦੇ ਜਿਹੜੇ ਪਛਾਈ ਖਵਾਰ ਸੀਗੇ ਉਹ ਨਾਲ ਨਹੀਂ ਜ਼ਿਆਦਾ ਆਜ਼ਾਦੀ ਦੀ ਲੜਾਈ 'ਚ ਹਿੱਸਾ ਲਿਆ ਔਰ ਡਟ ਕੇ ਜਿਹੜੇ ਆ ਲੋਕਾਂ ਦੀ ਗੱਲ ਕੀਤੀ ਹੈ ਐਸ ਵੇਲੇ ਜਦੋਂ ਦੇਸ਼ ਦੇ ਅੰਦਰ ਸਾਡਾ ਸੈਕੂਲਰਿਜ਼ਮ ਸਾਡੀ ਡੈਮੋਕ੍ਰੇਸੀ ਸਾਡਾ ਫੈਡਰਲਿਜ਼ਮ ਖਤਰੇ 'ਚ ਹੈ ਸਾਡੀ ਜਿਹੜੀ ਫਰੀडम ਮੂਵਮੈਂਟ ਹੈ ਉਹਦੀਆਂ ਵੈਲਿਊਜ਼ ਖਤਰੇ ਵਿੱਚ ਹੈਗੀਆਂ ਤੇ ਐਸ ਵੇਲੇ ਵੀ ਇਹ ਸਾਡੇ ਸਾਹਮਣੇ ਇਹੀ ਗੱਲ ਹੈ ਕਿ ਕਮਿਟਿਡ ਲੋਕ ਆ ਜਿਹੜੇ ਉਹ ਆਪੋ ਆਪਣੇ ਪੋਰਟਲ ਆਪੋ ਆਪਣੇ ਸੋਸ਼ਲ ਮੀਡੀਆ ਪੇਜ ਤੇ ਹੋਰ ਚੀਜ਼ਾਂ ਜਿਹੜੀਆਂ ਉਹ ਆਪੋ ਆਪਣੀਆਂ ਬਣਾਉਣ ਤੇ ਉਹਨਾਂ ਨੂੰ ਚਲਾਉਣ ਜਿਦਾਂ ਲਖਵਿੰਦਰ ਜੌਹਲ ਉਹਨਾਂ ਨੇ ਵੀ ਕਿਹਾ ਕਿ ਬਹੁਤ ਸਾਰੇ ਵੱਡੇ ਕਾਰਪੋਰੇਟ ਆਦਾਰਿਆਂ ਚੋਂ ਪੱਤਰਕਾਰਾਂ ਨੇ ਨਿਕਲ ਕੇ ਜਾਂ ਜਿੱਥੋਂ ਉਹਨਾਂ ਨੂੰ ਕਾਢਣ ਨਿਕਲਣ ਲਈ ਮਜਬੂਰ ਕਰਤਾ ਗਿਆ ਉਹਨਾਂ ਨੇ ਆ ਕੇ ਆਪਣੇ ਆਪਣੇ ਪਲੇਟਫਾਰਮ ਸ਼ੁਰੂ ਕੀਤੇ ਆ ਔਰ ਉਹ ਲੋਕਾਂ ਦੀ ਨਿਮੰਦਗੀ ਕਰ ਰਹੇ ਆਪਣੀ ਸੈਕੂਲਰਿਜ਼ਮ ਨੂੰ ਬਚਾਣਾ ਫੈਡਰਲਿਜ਼ਮ ਨੂੰ ਬਚਾਣਾ ਡੈਮੋਕ੍ਰੇਸੀ ਨੂੰ ਬਚਾਣਾ ਤੇ ਹਰ ਜਿਹੜਾ ਅੰਧ ਕਾਰਪੋਰੇਟਿਜ਼ਮ ਜਿਹੜਾ ਲਾਗੂ ਕੀਤਾ ਜਾ ਰਿਹਾ ਲੋਕਾਂ ਦੇ ਜਿਹੜੇ ਪੈਦਾਵਾਰ ਦੇ ਸਰੋਤ ਐ ਸਰ ਇਹ ਕੁਝ ਹੱਥਾਂ ਚ ਦਿੱਤੇ ਜਾ ਰਹੇ ਆ ਇਹਨਾਂ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਲੜਾਈ ਲੜਨੀ ਆ ਤਾਂ ਸਾਨੂੰ ਫ੍ਰੀडम ਮੂਵਮੈਂਟ ਨੂੰ ਯਾਦ ਰੱਖਣਾ ਪਵੇਗਾ ਉਸ ਸਮੇਂ ਪ੍ਰੈਸ ਨੇ ਉਹਨਾਂ ਚੁਣੌਤੀਆਂ ਦਾ ਕਿਦਾਂ ਸਾਹਮਣਾ ਕੀਤਾ ਇਹਨੂੰ ਦੇਖਣਾ ਪਵੇਗਾ ਇਹਦੇ ਝੋ ਰਸਤਾ ਨਿਕਲੇਗਾ ਉਹਦੇ ਸਾਡੇ ਪੰਜਾਬ ਦੇ ਵਿੱਚ ਇਹ ਗੱਲ ਹੋਈ ਸੀ ਅਕਾਲੀ ਅਖਬਾਰ ਦਾ ਇਤਿਹਾਸ ਸਾਡੇ ਸਾਹਮਣੇ ਆ ਤੇ ਉਹਦੇ ਚ ਅੰਗਰੇਜ਼ਾਂ ਨੇ ਜਿਹੜੇ ਜਿਹੜਾ ਐਡੀਟਰ ਬਣਦਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਉਹਦੀ ਜਾਇਦਾਦ ਜ਼ਬਤ ਹੁੰਦੀ ਸੀ ਉਦੇਜ ਅਕਾਲੀ ਅਖਬਾਰ 'ਚ ਇਸ ਦੇ ਹਰ ਸਬਦਾ ਸ਼ਬਦਾ ਸੀ ਕਿ ਅਕਾਲੀ ਅਖਬਾਰ ਨੂੰ ਨਵੇਂ ਐਡੀਟਰ ਦੀ ਲੋੜ ਹੈ ਜਿਹੜਾ ਜੇਲ੍ਹ ਜਾਣ ਲਈ ਤੇ ਆਪਣੀ ਜਾਇਦਾਦ ਜ਼ਬਤ ਕਰਨ ਲਈ ਤਿਆਰ ਹੋਵੇ ਉਹ ਅਪਲਾਈ ਕਰੇ ਤੇ ਇਸ ਤਰ੍ਹਾਂ ਕਰਕੇ 27 ਐਡੀਟਰ ਆਏ ਤੇ ਜੇਲਾਂ 'ਚ ਗਏ ਜਾਇਦਾਦਾਂ ਜ਼ਬਤ ਕਰਾਈਆਂ ਤੇ ਅਕਾਲੀ ਅਖਬਾਰ ਨੇ ਪੰਜਾਬ 'ਚ ਜਿਹੜੀ ਲੋਕਾਂ ਦੀ ਆਜ਼ਾਦੀ ਦੀ ਲਹਿਰ ਸੀ ਉਹਦੀ ਨਮਾਇੰਦਗੀ ਕੀਤੀ ਸੋ ਅੱਜ ਦੇ ਸਮੇਂ 'ਚ ਇਹ ਗੱਲ ਸਮਝ ਲਓ ਜੇ ਲੋਕਾਂ ਦਾ ਸਾਥ ਦੇਣਾ ਜੇ ਦੇਸ਼ ਦੀ ਏਕਤਾ ਅਖੰਡਤਾ ਨੂੰ ਮਜ਼ਬੂਤ ਕਰਨਾ ਧਰਮ ਨੂੰ ਰੱਖਤਾ ਕਾਇਮ ਰੱਖਣੀ ਆ ਜਮਹੂਰੀਅਤ ਕਾਇਮ ਰੱਖਣੀ ਆ ਤੇ ਕੁਰਬਾਨੀਆਂ ਕਰਨੀਆਂ ਪੈਣਗੀਆਂ ਕਮਿਟਮੈਂਟ ਨਾਲ ਕੰਮ ਕਰਨਾ ਪਵੇਗਾ ਤੇ ਤਾਂ ਹੀ ਅਸੀਂ ਜਿਹੜੀਆਂ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਕਰ ਸਕਦੇ ਆ ਇਹਦੇ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ ਇੰਨਾ ਕਹਿੰਦਾ ਹੋਇਆ ਖਿਮਾਂ ਦਾ ਜੱਜ ਕਹਿ ਸ਼ੁਕਰੀਆ